ਮੈਨੂੰ ਹਜੇ ਇਹ ਪਤਾ ਚੱਲਿਆ ਕਿ ਮੈਂ ਲਾਈਵ ਦੇਖਿਆ ਸੀਗਾ ਮਾਨ ਸਾਹਿਬ ਦਾ ਕਿ ਉਹਨਾਂ ਨੇ ਇੱਕ ਐਫ ਆਈ ਆਰ ਦੀ ਜਿਹੜੀ ਹੈਗੀ ਆ ਉਹ ਕਰਵਾਈ ਆ ਉਹਨਾਂ 'ਤੇ ਕੈਬਿਨਟ 'ਚੋਂ ਬਾਹਰ ਕਰ ਦਿੱਤਾ ਉਹਨਾਂ। ਸਾਡੀ ਪਾਰਟੀ ਦੇ ਸ਼ੁਰੂ ਤੋਂ ਹੀ ਸਿਧਾਂਤ ਰਹੇ ਹੈ, ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸੱਤਾ ਤੋਂ ਆਉਣ ਤੋਂ ਪਹਿਲਾਂ ਹੀ ਸਾਡੇ ਸਾਰੇ ਵਲੰਟੀਅਰਸ ਨੂੰ, ਸਾਡੇ ਜਿਹੜੇ ਅਹੁਦੇਦਾਰ ਸੀ ਉਹਨਾਂ ਨੂੰ ਇਹ ਸਪਸ਼ਟ ਰੂਪ ਦੇ ਵਿੱਚ ਕਿਹਾ ਹੋਇਆ ਸੀਗਾ ਉਹਨਾਂ ਦੇ ਨਿਰਦੇਸ਼ ਹੈ ਕਿ ਅਗਰ ਪਾਰਟੀ ਦਾ ਕੋਈ ਵੀ ਵਲੰਟੀਅਰ ਚਾਹੇ ਕੋਈ ਐੱਮ ਐੱਲ ਏ ਚਾਹੇ ਕੋਈ ਮੰਤਰੀ ਹੋਵੇ ਅਗਰ ਕੋਈ ਕਰਪਸ਼ਨ ਕਰਦਾ ਹੈ ਤਾਂ ਉਹਦੇ 'ਤੇ ਉੱਦਾਂ ਹੀ ਕਾਰਵਾਈ ਕੀਤੀ ਜਾਏਗੀ ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਦੇ ਐੱਮ ਐੱਲ ਏਜ਼ 'ਤੇ ਕੀਤੀ ਜਾਂਦੀ ਹੈ ਜਾਂ ਦੂਸਰੇ ਆਪਾਂ ਕਿਸੇ ਹੋਰ 'ਤੇ ਕਰਦੇ ਹਾਂ। ਸੋ ਇਹ ਸਪਸ਼ਟ ਰੂਪ ਦੇ ਵਿੱਚ ਜਿਹੜਾ ਸੀਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸਾਨੂੰ ਸਾਰੇ ਐੱਮ ਐੱਲ ਏਜ਼ ਨੂੰ ਸਾਨੂੰ ਸਾਰੇ ਮੰਤਰੀਆਂ ਨੂੰ ਜਿਹੜੇ ਸਾਡੇ ਮੰਤਰੀ ਆ ਉਹਨਾਂ ਨੂੰ ਵੀ ਇਹ ਸਪਸ਼ਟ ਰੂਪ ਦੇ ਵਿੱਚ ਜਿਹੜੇ ਨਿਰਦੇਸ਼ ਦਿੱਤੇ ਗਏ ਸੀਗੇ ਕਿ ਅਸੀਂ ਜਿਹੜੇ ਆਮ ਆਦਮੀ ਪਾਰਟੀ ਹੈਗੀ ਆ ਵੀ ਆਰ ਨੋਟ ਔਨ ਅ ਮਿਸ਼ਨ ਕਮਿਸ਼ਨ ਵੀ ਆਰ ਔਨ ਅ ਮਿਸ਼ਨ। ਸੋ ਅਸੀਂ ਪੰਜਾਬ ਨੂੰ ਬਦਲਣ ਦੇ ਲਈ ਆਏ ਹਾਂ, ਪੰਜਾਬ ਦੇ ਲੋਕਾਂ ਦਾ ਪਿਆਰ ਜੋ ਸਾਨੂੰ ਇਸ ਵਾਰ ਮਿਲਿਆ, ਜੋ ਫਤਵਾ ਉਹਨਾਂ ਨੇ ਐਡਾ ਵੱਡਾ ਆਮ ਆਦਮੀ ਪਾਰਟੀ ਨੂੰ ਦਿੱਤਾ ਉਹ ਇਸ ਵਿਸ਼ਵਾਸ 'ਚ ਹੀ ਦਿੱਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਬਦਲਾਅ ਲੈ ਕੇ ਆਵਾਂਗੇ, ਪੰਜਾਬ ਦੇ ਵਿੱਚ ਕਰਪਸ਼ਨ ਨੂੰ ਖਤਮ ਕਰਾਂਗੇ। ਸੋ ਪਹਿਲਾਂ ਵੀ ਦਿੱਲੀ ਦੇ ਵਿੱਚ ਜਦੋਂ ਅਸੀਂ ਅਗਰ ਅਸੀਂ ਦੇਖੀਏ ਤਾਂ 6-7 ਈਅਰਸ ਬੈਕ ਜਦੋਂ ਉੱਥੋਂ ਦੇ ਵੀ ਮੰਤਰੀਆਂ ਨੇ ਕੋਈ ਉਹਨਾਂ ਦੇ 'ਤੇ ਚਾਰਜਸ ਲੱਗੇ ਸੀਗੇ, ਸੋ ਉਦੋਂ ਵੀ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਦੇ ਖਿਲਾਫ ਜਿਹੜਾ ਸੀਗੀ ਉਹ ਕਾਰਵਾਈ ਕੀਤੀ ਸੀਗੀ। ਸੋ ਉੱਦਾਂ ਹੀ ਪੰਜਾਬ ਦੇ ਵਿੱਚ ਵੀ ਉਹੀ ਲਾਗੂ ਹੁੰਦੀ ਹੈ। ਸਰ ਮੈਨੂੰ ਹਜੇ ਇਹ ਪਤਾ ਚੱਲਿਆ ਕਿ ਮੈਂ ਲਾਈਵ ਦੇਖਿਆ ਸੀਗਾ ਮਾਨ ਸਾਹਿਬ ਦਾ ਕਿ ਉਹਨਾਂ ਨੇ ਇੱਕ ਐੱਫ ਆਈ ਆਰ ਦੀ ਜਿਹੜੀ ਹੈਗੀ ਆ ਉਹ ਕਰਵਾਈ ਆ ਉਹਨਾਂ 'ਤੇ ਕੈਬਿਨਟ 'ਚੋਂ ਬਾਹਰ ਕਰ ਦਿੱਤਾ ਉਹਨਾਂ ਨੂੰ। ਸਰ ਪਾਰਟੀ ਬਾਰੇ ਹਜੇ ਮੈਨੂੰ ਇਨਫੋਰਮੇਸ਼ਨ ਨਹੀਂ ਆਈ ਹੈਗੀ, ਮੈਂ ਜੋ ਦੇਖਿਆ ਲਾਈਵ ਸੋ ਉਹਨਾਂ ਨੇ ਐੱਫ ਆਈ ਆਰ ਦੀ ਮੰਗ 'ਤੇ ਕੈਬਿਨਟ ਦੇ ਵਿੱਚੋਂ ਜਿਹੜਾ ਹੈਗਾ ਉਹਨਾਂ ਨੂੰ ਉਹ ਬਾਹਰ ਕਰ ਦਿੱਤਾ।